ਅੰਮ੍ਰਿਤਸਰ ਪੁਲਿਸ ਨੇ 23 ਅਕਤੂਬਰ ਨੂੰ ਨਿਊ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ ਰੋਡ ਤੋਂ ਮਿਲੀ ਅਮਨਦੀਪ ਸਿੰਘ ਨਾਮ ਦੇ ਵਿਅਕਤੀ ਦੀ ਲਾਸ਼ ਦੇ ਸੰਬੰਧ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਨਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ 'ਚੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ। ਦੋਸ਼ੀਆਂ ਤੋਂ ਅੱਗੇ ਪੁੱਛਗਿੱਛ ਜਾਰੀ ਹੈ। ਏਸੀਪੀ ਜਸਪ੍ਰੀਤ ਸਿੰਘ, ਐਸਐਚਓ ਸੁਖਬੀਰ ਸਿੰਘ ਵੀ ਮੌਜੂਦ ਸਨ। 23 ਤਰੀਕ ਨੂੰ ਸ਼ਹੀਦ ਊਧਮ ਸਿੰਘ ਨਗਰ ਖਾਲੀ ਪਲਾਟ ਦੇ ਵਿੱਚ ਇੱਕ ਜਿਹੜੀ ਡੈੱਡ ਬਾਡੀ ਮਿਲੀ ਸੀ, ਜਿਹੜੀ ਕੰਬਲ ਦੇ ਵਿੱਚ ਲਪੇਟੀ ਹੋਈ ਸੀਗੀ। ਜਦੋਂ ਉਹਦੀ ਪਹਿਚਾਣ ਕੀਤੀ ਤਾਂ ਸਨੀ ਡੇਢ ਦੀ ਇਹ ਆਈਡੈਂਟੀਫਾਈ ਹੋਇਆ ਇਹਦੇ ਸਨ ਆਫ ਬਲਵਿੰਦਰ ਸਿੰਘ। ਜਿਹੜਾ ਬਲਵਿੰਦਰ ਸਿੰਘ ਉਹਦੇ ਫਾਦਰ ਨੇ ਦੋ ਵਿਅਕਤੀਆਂ 'ਤੇ ਸ਼ੱਕ ਕੀਤਾ, ਨਵਦੀਪ ਬੱਲੂ ਅਤੇ ਹਰਪਾਲ। ਇਹ ਵੀ ਜਿਹੜੇ ਕ੍ਰਿਮੀਨਲ ਸੀਗੇ, ਔਰ ਜਿਹੜਾ ਸਨੀ ਡੇਢ ਆ ਇਹਦੇ ਖਿਲਾਫ਼ ਵੀ ਜਿਹੜੇ ਔਲਰੇਡੀ ਕਈ ਪਰਚੇ ਦਰਜ ਹੈ। ਇਹਨਾਂ ਨੂੰ ਸ਼ੱਕ ਸੀ ਕਿ ਇਹਨਾਂ ਦੀ ਪਹਿਲਾਂ ਪੁਰਾਣੀ ਰੰਜਿਸ਼ ਹੈਗੀ ਆ, ਇਹਨਾਂ ਨੇ ਇਹਨੂੰ ਮਾਰ ਕੇ ਉੱਥੇ ਸੁੱਟ ਦਿੱਤਾ। ਅਸੀਂ ਜਿਹੜਾ ਹੈਗਾ ਇਸ ਮੁਕੱਦਮੇ ਨੂੰ ਹੈਗਾ ਇੱਕ ਦਿਨ ਦੇ ਵਿੱਚ ਹੀ 12 ਘੰਟੇ ਦੇ ਵਿੱਚ ਜਿਹੜਾ ਅਸੀਂ ਟਰੇਸ ਕਰ ਲਿਆ। ACP ਵੱਲੋਂ ਅਤੇ SHO ਬੀ ਡਿਵੀਜ਼ਨ ਵੱਲੋਂ ਜਿਹੜੀ ਇਹਦੀ ਬੜੀ ਡੂੰਘਾਈ ਨਾਲ ਤਫਤੀਸ਼ ਕੀਤੀ ਗਈ। ਉਸੇ ਤਹਿਤ ਹੀ ਦੌਰਾਨੇ ਤਫਤੀਸ਼ ਅਸੀਂ ਜਿਹੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਗੁਰਪ੍ਰੀਤ ਅਤੇ ਹਰਵਿੰਦਰ ਨੂੰ। ਉੱਥੋਂ ਫਿਰ ਇਹ ਸਾਰੀ ਡਿਟੇਲ ਪਤਾ ਲੱਗੀ ਕਿ ਜਿਹੜਾ ਸਨੀ ਡੇਢ ਸੀ ਇਹਦੇ ਕੋਲ ਇੱਕ 315 ਬੋਰ ਦਾ ਪਿਸਤੌਲ ਸੀਗਾ, ਔਰ ਜਿਹੜੇ ਇਹ ਦੋਵੇਂ ਵਿਅਕਤੀ ਸੀਗੇ ਇਹ ਇਹਦੇ ਪੁਰਾਣੇ ਦੋਸਤ ਸੀ। ਇਹ ਪਹਿਲਾਂ ਵੀ ਜੇਲ੍ਹ 'ਚ ਰਹਿ ਕੇ ਆਏ, ਔਰ ਇਹਨਾਂ ਦੇ ਖਿਲਾਫ਼ ਵੀ ਜਿਹੜੇ ਕਾਫ਼ੀ ਕ੍ਰਿਮੀਨਲ ਕੇਸ ਹੈਗੇ ਆ, ਔਰ ਇਹ ਆਪਸ ਦੇ ਵਿੱਚ ਸੀ। ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ 315 ਬੋਰ ਦਾ ਇਹਦੇ ਕੋਲ ਪਿਸਤੌਲ, ਦੇਸੀ ਪਿਸਤੌਲ ਆ, ਅਤੇ ਇਹਨਾਂ ਨੇ ਪਿਸਤੌਲ ਦੇ ਲਾਲਚ ਦੇ ਵਿੱਚ ਜਿਹੜਾ ਹੈਰੋਇਨ ਦਾ ਟੀਕਾ ਹੈਗਾ ਇਹਦੇ ਲਗਾ ਦਿੱਤਾ, ਅਤੇ ਇਹਦੀ ਉਹਦੇ ਨਾਲ ਮੌਤ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਹੈਗੀ ਇਹਦੀ ਡੈੱਡ ਬਾਡੀ ਉਹ ਲਪੇਟ ਕੇ ਉਹਨੂੰ ਸੁੱਟਣ ਲਈ ਲੈ ਕੇ ਜਾ ਰਹੇ ਸੀਗੇ। ਜਦੋਂ ਲੈ ਕੇ ਜਾ ਰਹੇ ਸੀਗੇ ਨਹਿਰ 'ਚ, ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਕੋਈ ਕਿਸੇ ਗੱਲ ਦਾ ਸ਼ੱਕ ਪਿਆ, ਅਤੇ ਉਹਨਾਂ ਨੇ ਜਿਹੜੀ ਇਹ ਡੈੱਡ ਬਾਡੀ ਸੀਗੀ ਉਹ ਫਿਰ ਉੱਥੇ ਰਸਤੇ ਦੇ ਵਿੱਚ ਹੀ ਖਾਲੀ ਪਲਾਟ ਵੇਖ ਕੇ ਉੱਥੇ ਇਹ ਡੈੱਡ ਬਾਡੀ ਉੱਥੇ ਸੁੱਟ ਦਿੱਤੀ। ਫਿਰ ਇਹਦੇ ਜਿੰਨੇ ਇਹਦੇ ਨਾਲ ਕੋ ਅਕਿਊਜ਼ਡ ਸੀ ਜਾਂ ਜਿਹੜੇ ਇਹਦੇ ਯਾਰ ਦੋਸਤ ਸੀਗੇ ਉਹਨਾਂ ਦਾ, ਔਰ ਇਸੇ ਤਰ੍ਹਾਂ ਹੀ ਇਹ ਜਿਹੜੇ ਦੋਵੇਂ ਵਿਅਕਤੀਆਂ ਨੂੰ ਜਿਹੜਾ SHO ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁੱਛਗਿੱਛ 'ਚ ਇਹਨਾਂ ਨੇ ਇਹ ਦੱਸਿਆ ਕਿ ਅਸੀਂ ਜਿਹੜਾ 315 ਬੋਰ ਦਾ ਜਿਹੜਾ ਸੀਗਾ ਇਹਦੇ ਕੋਲ ਪਿਸਤੌਲ ਲੈ ਕੇ ਅਸੀਂ ਹੋਰ ਵਾਰਦਾਤਾਂ ਕਰਨੀਆਂ ਸੀਗੀਆਂ, ਅਤੇ ਜੇ ਇਹ ਇਮੀਡੀਏਟਲੀ ਅਸੀਂ ਨਾ ਫੜਦੇ ਤਾਂ ਹੋ ਸਕਦਾ ਇਹਨਾਂ ਦਿਨਾਂ ਦੇ ਵਿੱਚ ਇਹ ਤਿਉਹਾਰ ਦੇ ਮੌਕੇ 'ਤੇ ਕੋਈ ਵੱਡੀ ਵਾਰਦਾਤ ਕਰਦੇ, ਕਿਉਂਕਿ ਔਲਰੇਡੀ ਇਹਨਾਂ ਦਾ ਜਿਹੜਾ ਪਹਿਲਾਂ ਵੀ ਇਹਨਾਂ ਦੇ ਖਿਲਾਫ਼ ਕਾਫ਼ੀ ਮੁਕੱਦਮੇ, ਔਰ ਪਹਿਲਾਂ 302 ਦੇ 307 ਦੇ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ਼ ਪਹਿਲਾਂ ਔਲਰੇਡੀ ਪਰਚੇ ਜਿਹੜੇ ਚੱਲ ਰਹੇ ਆ।